ਕਿੱਦਾਂ ਹੋਣਾ ਕੰਮ ਉਹ ਪੈਣ ਚ ਗੁਰਦਾਸਪੁਰ ਦੇ ਪਿੰਡ ਆਦੀਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਕਰਾਉਣ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਵਿਵਾਦ ਹੋ ਗਿਆ। ਵਿਵਾਦ ਇੰਨਾ ਵੱਧ ਗਿਆ ਕਿ ਸਿੱਖ ਜਥੇਬੰਦੀਆਂ ਨੇ ਤੇਜ਼ ਧਾਰ ਹਥਿਆਰਾਂ ਨਾਲ ਪਿੰਡ ਵਾਸੀਆਂ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਪਿੰਡ ਦੇ 3 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਦਰਅਸਲ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਸ਼ਮਸ਼ਾਨ ਘਾਟ ਦੇ ਕੋਲ ਅਖੰਡ ਪਾਠ ਨਹੀਂ ਕਰਵਾਏ ਜਾ ਸਕਦੇ, ਜਦਕਿ ਪਿੰਡ ਵਾਸੀਆਂ ਮੁਤਾਬਕ ਉਹ ਹਰ ਸਾਲ ਇੱਥੇ ਅਖੰਡ ਪਾਠ ਕਰਾਉਂਦੇ ਹਨ। ਵਿਵਾਦ ਉਸ ਵੇਲੇ ਵੱਧ ਗਿਆ ਜਦੋਂ ਭੀੜ ਵਿੱਚੋਂ ਕਿਸੇ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਭੜਕੁੱਟੀਆਂ ਤੇ ਹਾਥਾਪਾਈ ਸ਼ੁਰੂ ਹੋ ਗਈ। ਵੀ ਕੋਈ ਵੀ ਇਸ ਤਰ੍ਹਾਂ ਦੀ ਹੁਕਮਦੂਲੀ ਨਹੀਂ ਹੋਏਗੀ, ਜਿਹੜਾ ਉਹਦੇ ਉੱਤੇ ਜੋ ਲਿਖਿਆ ਜੋ ਐਸ ਐਚ ਓ ਸਾਹਿਬ ਨੇ ਪੜ੍ਹ ਕੇ ਸੁਣਾਇਆ, ਫਿਰ ਐਸ ਐਚ ਓ ਦੇ ਕਹਿਣ ਦੇ ਉੱਤੇ ਦਰਾਂਗਲਾ ਜੇ ਬ੍ਰਹਮਪੁਰ ਐਸ ਐਚ ਓ ਦੋਵਾਂ ਦੇ ਕਹਿਣ ਦੇ ਉੱਤੇ ਰਾਜ਼ੀਨਾਮਾ ਲਿਖਿਆ ਜਾਣ ਡਿਆ। ਲਿਖਿਆ ਜਾਣ ਦੇ ਪਿੱਛੇ ਇੰਨੇ ਨਾਲ ਹੀ ਮੁੰਡੇ ਦਾ ਨਾਮ ਬਲਰਾਜ ਸਿੰਘ ਸਾਨੂੰ ਸਤਨਾਮ ਸਿੰਘ ਜਿਹਨੇ ਪਿੱਛੋਂ ਗਾਲ ਕੱਢ ਦਿੱਤੀ ਹੈ, ਗਾਲ ਕੱਢਣ ਕਰਕੇ ਕੁਝ ਸਿੰਘ ਸਾਡੇ ਉਹਨਾਂ ਨੇ ਉਹਨਾਂ ਨੂੰ ਗਾਲ ਕੱਢਣ ਤੋਂ ਰੋਕਿਆ। ਜਿਹੜੀ ਗੱਲ ਇਹਨਾਂ ਨੇ ਜਿਹੜੀ ਮਗਰੋਂ ਗੱਲ ਕੀਤੀ ਇਹਨਾਂ ਨੇ ਕਿ ਉੱਥੇ ਲੰਗਰ 'ਚ ਗਏ, ਕੋਈ ਵੀ ਲੰਗਰ 'ਚ ਉੱਥੇ ਨਹੀਂ ਗਿਆ, ਨਾ ਹੀ ਇਸ ਪੁਲ ਤੋਂ ਅੱਗੇ ਕੋਈ ਗਿਆ, ਸਾਰੇ ਪ੍ਰਸ਼ਾਸਨ ਨਾ ਪ੍ਰਸ਼ਾਸਨ ਨੇ ਜਾਣ ਦਿੱਤਾ, ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਸਾਰਾ ਕੁਝ ਹੋਇਆ, ਉਹ ਰਾਜ਼ੀਨਾਮੇ ਦੀ ਕਾਪੀ ਵੀ ਸਾਡੇ ਕੋਲ ਆ। ਲੜਾਈ ਇਸ ਕਰਕੇ ਕਿ ਉਹਦਾ ਮੁੰਡਾ ਗਾਲ ਕੱਢਦਾ ਸੀ, ਜਿਹੜੇ ਬੰਦੇ ਚਾਰ ਅੱਗੋਂ ਲਿਖ ਰਹੇ ਸੀ ਨਾ, ਜਿਹੜੇ ਲਿਖਾ ਰਹੇ ਸੀ ਉਹਨਾਂ ਦੇ ਚਾਰ ਬੰਦੇ ਲਿਖਾ ਰਹੇ ਸੀ, ਉਹ ਜਿਹੜੇ ਸਾਡੇ ਇੱਧਰ ਦੇ ਵੀ ਚਾਰ ਬੰਦੇ ਲਿਖ ਰਹੇ ਸੀ, ਬੜੇ ਵਧੀਆ ਗੱਲ ਚੱਲ ਰਹੀ ਦੁਰੰਗਲਾ ਐਸ ਐਚ ਓ ਬ੍ਰਹਮਪੁਰ ਐਸ ਐਚ ਓ ਬੜੇ ਤਰੀਕੇ ਨਾਲ ਸੰਭਾਲ ਰਹੇ ਸੀ ਉਹਨੂੰ, ਪਿੱਛੋਂ ਗਾਲ ਕੱਢਣ ਦੀ ਦੇਰ ਆ। ਹੁਣ ਵੀ ਜਦੋਂ ਫਿਰ ਵਾਪਸ ਵੱਡੇ ਸਾਹਿਬ ਆਏ ਨੇ, ਐਸ ਪੀ ਸਾਹਿਬ ਜਾਂ ਹੋਰ ਵੀ ਕੋਈ ਪੁਲਿਸ ਆਈ ਆ, ਉਹਨਾਂ ਨੇ ਦੱਸਿਆ ਕਿ ਅਸੀਂ ਐਸ ਐਚ ਓ ਸਾਹਿਬ ਨੇ ਦੱਸ ਦਿੱਤਾ ਆ ਉਹਨਾਂ ਨੂੰ ਵੀ ਉਹਨਾਂ ਦੀ ਗਲਤੀ ਸੀ। ਇਹ ਗੱਲਾਂ ਪਹਿਲਾਂ ਹੋ ਚੁੱਕੀਆਂ, ਪਰ ਹੁਣ ਪਤਾ ਨਹੀਂ ਕੀ ਗਾਂ ਚੱਲ ਰਿਹਾ, ਕੀ ਪ੍ਰੋਪੋਗੈਂਡਾ ਚੱਲ ਰਿਹਾ, ਕੋਈ ਨਵੀਂ ਚਾਲ ਇਹਨਾਂ ਦੀ ਕੋਈ ਚੱਲ ਰਹੀ ਆ? ਅਕਾਲ ਤਖ਼ਤ 'ਚ ਜਾਏਗੀ, ਅਕਾਲ ਤਖ਼ਤ 'ਚ ਜਾਏਗੀ, ਹਰ ਜਥੇਬੰਦੀ 'ਚ ਗੱਲ ਜਾਏਗੀ, ਔਰ ਇਸ ਗੱਲ ਦੀ ਸਰ ਹਰ ਜਗ੍ਹਾ 'ਤੇ ਗੱਲ ਪਹੁੰਚੇਗੀ। ਇਹੋ ਜਿਹੀ ਕੋਈ ਗੱਲ ਨਹੀਂ ਕਿ ਇੱਥੇ ਹੀ ਗੱਲ ਠੱਪੀ ਜਾਏਗੀ, ਅਕਾਲ ਤਖ਼ਤ ਸਾਹਿਬ 'ਤੇ ਵੀ ਜਾਏਗੀ, ਹਰ ਜਥੇਬੰਦੀ 'ਚ ਜਾਏਗੀ, ਸਤਿਕਾਰ ਕਮੇਟੀ ਵਾਲਿਆਂ ਕੋਲ ਵੀ ਗੱਲ ਜਾਏਗੀ, ਸਾਰ ਕੋਈ ਗੱਲ ਜਾਏਗੀ। ਜੋ ਫੈਸਲਾ ਦੇਣਗੇ ਉਹ ਫੈਸਲਾ ਮਨਜ਼ੂਰ ਹੈ। ਗੱਲ ਇਹੀ ਵੀ ਆਪਾਂ ਸੰਗ ਦਾ ਚੋਲਾ ਸਾਹਿਬ ਨੂੰ ਮੇਲਾ ਲੱਗਦਾ ਵਾ, ਉਹਦੇ ਸੰਬੰਧ ਵਿੱਚ ਹਰ ਵਾਰੀ ਅਖੰਡ ਪਾਠ ਸਾਹਿਬ ਰਖਾਈਦਾ ਵਾ, ਇੱਥੇ ਲੰਗਰ ਲਾਈਦਾ, ਸੰਗਤਾਂ ਆਉਂਦੀਆਂ ਨੇ ਲੰਘਦੀਆਂ ਨੇ, ਇਸ ਵਾਰ ਵੀ ਲੰਗਰ ਲਗਾਇਆ ਜਾ ਰਿਹਾ ਵਾ। ਇਹਨਾਂ ਨੇ ਕੀ ਕੀਤਾ ਵਾ, ਬਾਹਰੋਂ ਕੁਝ ਸਿੰਘ ਨਿਹੰਗ ਸਿੰਘ ਆਏ ਨੇ, ਉਹ ਕਹਿੰਦੇ ਜੀ ਤੁਸੀਂ ਇੱਥੇ ਪਾਠ ਨਹੀਂ ਰੱਖ ਸਕਦੇ, ਇਹ ਕਮਰਾ ਹੀ ਸਾਰੀ ਵਿਵਾਦ ਮੁਕਾ ਕੇ ਖਤਮ ਕਰਕੇ ਪਿੱਛੇ ਅਖੰਡ ਪਾਠ ਸਾਹਿਬ ਰਖਵਾ ਲਿਆ ਵਾ। ਇਹਨਾਂ ਨੇ ਬੁਲਾ ਕੇ ਵੀ ਚਲੋ ਰਖਵਾ ਲਿਆ, ਅਕਾਲ ਤਖ਼ਤ 'ਤੇ ਤੁਹਾਡਾ ਜੋ ਹੁਕਮਨਾਮਾ ਹੋਏਗਾ ਵੀ ਅੱਗੇ ਤੋਂ ਜੇ ਉਹਨਾਂ ਨਾਲ ਗੱਲਬਾਤ ਹੋਏਗੀ ਕੀ ਨਿਬੜੇਗਾ ਅਸੀਂ ਠੀਕ ਆ ਜੀ, ਜੇ ਉਹ ਕਹਿਣ ਕਰਨਗੇ ਆਪਾਂ ਤੋਂ ਨਹੀਂ ਰਖਾਵਾਂ ਕਰਾਂਗੇ। ਇਹਦੇ ਵਿੱਚ ਆੜ ਵਿੱਚ ਬੰਦੇ ਸੱਦ ਲਏ ਆ, ਬੰਦੇ ਸੱਦ ਕੇ ਪਿੱਛੋਂ ਜਿਹੜਾ ਹਰਵਿੰਦਰ ਸਿੰਘ ਆ ਉਹਨੇ ਆਣ ਕੇ ਅਤੇ ਮੇਰੇ ਟੱਪ ਮਾਰਨ ਕਿਰਪਾਨ ਕੱਢੀ ਆ, ਅਤੇ ਟੱਪ ਮਾਰਨ ਸ਼ੁਰੂ ਕਰਦਾ, ਮੈਨੂੰ ਯਕਦਮ ਪਤਾ ਲੱਗ ਗਿਆ ਮੈਂ ਅੱਗੇ ਕੀਤੀ, ਮੇਰੇ ਪੱਗ ਹੀ ਪੱਗ ਕੱਟੀ ਗਈ, ਕੁਛ ਮੇਰੇ ਉਂਗਲ 'ਤੇ ਲੱਗ ਗਈ ਕਿਰਪਾਨ, ਮੈਂ ਜਾਣ ਭੈਣਾ ਪਿੱਛੇ ਭੱਜਿਆ ਵਾਂ, ਭੱਜਿਆ ਅਤੇ ਮੈਂ ਅੱਗੇ ਕਣਕ ਆ ਗਈ, ਕਣਕ 'ਚ ਡਿੱਗ ਪਿਆ, ਉਹਨੇ ਜਿਹਨੂੰ ਲਖਵਿੰਦਰ ਸਿੰਘ ਨੇ ਫੜੀ ਆ ਕਿਰਪਾਨ, ਉਹਨੇ ਮੇਰੇ ਮਾਰਤੀ ਆ, ਮੈਂ ਜਿਹਨੂੰ ਡਿੱਗ ਪਿਆ ਮੇਰੇ ਕਿਰਪਾਨ ਵੱਜਦਾ ਵੱਜਦਾ ਮੇਰੀ ਇੱਥੇ ਕਿਰਪਾਨ ਵੱਜ ਗਈ ਆ। ਹਰਵਿੰਦਰ ਸਿੰਘ ਫਿਰ ਪਿਆ ਵਾ, ਅਤੇ ਹਰਵਿੰਦਰ ਸਿੰਘ ਨੇ ਦੂਜੀ ਕਿਰਪਾਨ ਮਾਰੀ ਆ, ਮੇਰੀ ਦੂਜੀ ਇੱਥੇ ਵੱਜ ਗਈ ਆ। ਇੰਨੇ ਚਿਰ ਨੂੰ ਅਮਰੀਕ ਸਿੰਘ ਉਹ ਆਇਆ ਵਾ, ਉਹਨੇ ਮੇਰੇ ਆਣ ਕੇ ਅਤੇ ਇੱਥੇ ਗੋਡੇ 'ਤੇ ਡਾਂਗ ਮਾਰ ਦਿੱਤੀ, ਇਹ ਕਰੀਬ 5-6 ਬੰਦੇ ਫਿੱਟੜ ਹੋਏ ਜੀ, ਅਤੇ ਬਾਕੀ ਕੁਝ ਭੱਜ ਕੇ ਬਚਾ ਗਏ। ਹਾਂਜੀ, ਬਾਹਰੋਂ ਨਿਹੰਗ ਸਿੰਘ ਸੱਦੇ, ਲਖਵਿੰਦਰ ਸਿੰਘ ਨੇ ਅਤੇ ਹਰਵਿੰਦਰ ਸਿੰਘ ਨੇ ਮਿਲੀ ਭੁਗਤ ਨਾਲ, ਉਹਨਾਂ ਕੋਲ ਸਾਰੇ ਹਥਿਆਰ ਵੀ ਹੈਗੇ ਸੀ, ਅਤੇ ਉਹ ਸੱਦੇ ਆ।
ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਸਿੱਖ ਜਥੇਬੰਦੀਆਂ ਦੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਪਿੰਡ ਦੀ ਸਥਿਤੀ ਦੇਖਦੇ ਹੋਏ ਪਿੰਡ ਨੂੰ ਛਾਉਣੀ ਵਿੱਚ ਬਦਲ ਦਿੱਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਠ ਰੱਖਿਆ ਸੀ ਇੱਥੇ ਜਿਹੜੇ ਪਿੰਡ ਦੇ ਬੰਦੇ ਆ ਅਤੇ ਬਾਹਰੋਂ ਕੁਛ ਜਿਹੜੀ ਸਿੱਖ ਜਥੇਬੰਦੀਆਂ ਸੀ ਉਹ ਇੱਥੇ ਆਈ ਅਤੇ ਦੋਵੇਂ ਧਿਰਾਂ ਦੇ ਵਿੱਚ ਫਿਰ ਤਕਰਾਰ ਹੋਈ ਅਤੇ ਪੁਲਿਸ ਨੇ ਪਹਿਲਾਂ ਤਾਂ ਮੌਕੇ 'ਤੇ ਬਚਾਅ ਕਰ ਲਿਆ ਕਿ ਨੁਕਸਾਨ ਨਾ ਹੋਏ ਕਿਸੇ ਵੀ ਤਰੀਕੇ ਦਾ ਜਾਨੀ ਮਾਲੀ। ਦੂਜੀ ਗੱਲ ਜਿਹੜੀ ਵੀ ਕੋਈ ਇੱਥੇ ਘਟਨਾ ਵਾਪਰੀ ਹੈ ਉਹਦੇ ਰਿਗਾਰਡਿੰਗ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਅੰਡਰ ਦਾ ਰਿਲੇਵੈਂਟ ਸੈਕਸ਼ਨਸ ਆਫ ਲੋਅ ਆਪਾਂ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਅਤੇ ਕਾਨੂੰਨ ਆਪਣਾ ਕੰਮ ਕਰੂਗਾ, ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ।